ਮੈਨੂੰ ਨਾ ਲੱਗਦਾ ਮੰਮੀ ਹੁਣੀ ਗਏ ਆ ਆਰਸੀ ਉਹਨੂੰ ਮੈਨੂੰ ਬਿਨਾਂ ਦੱਸੇ ਗਏ ਆ ਸਮਾਨ ਸਮੂਨ ਲੈਣ ਗਏ ਮੈਨੂੰ ਇਹਨਾਂ ਦਾ ਪਤਾ ਵਾ ਰੀਜ਼ਨ ਤੁਹਾਨੂੰ ਦੱਸੀਏ ਰੀਜ਼ਨ ਇਹ ਆ ਕਿ ਕੱਲ੍ਹ ਨੂੰ ਮੇਰਾ ਹੈਗਾ ਬਰਥਡੇ ਬਰਥਡੇ ਇੱਦਾਂ 31 ਅਕਤੂਬਰ ਨੂੰ ਮੇਰਾ ਬਰਥਡੇ ਆਉਂਦਾ ਅਤੇ ਅੱਜ ਹੈਗੀ ਆ 30 ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ 30-31 ਤੋਂ ਆਪਾਂ ਜਿਹੜਾ ਵਾ ਗੈਸ ਕਰ ਲਓ ਦੱਸਣਾ ਤਾਂ ਨਹੀਂ ਲੈਣ ਗਏ ਸਮਾਨ ਮੈਨੂੰ ਨੀਗਾ ਦੱਸਿਆ ਉਹਨਾਂ ਨੇ ਅਤੇ ਗਏ ਇੱਦਾਂ ਚੁੱਪ ਕਰਕੇ ਚਲੇ ਗਏ ਕਹਿੰਦੇ ਅਸੀਂ ਆਰਸੀ ਨੂੰ ਸਮਾਨ ਲੈ ਗਏ ਅਤੇ ਆਪਾਂ ਹੁਣ ਸੋ ਪਲੈਨਿੰਗ ਇੱਦਾਂ ਕਰਦੇ ਹੁਣ ਮੈਂ ਨਹਾਤਾ ਧੋਤਾ ਨਹੀਂ ਹੋਇਆ ਉੱਦਾਂ ਹੀ ਬਸ ਐਨ ਲਿਪੜਿਆ ਤਿਪੜਿਆ ਮੈਂ ਕਿਹਾ ਵੀਡੀਓ ਸ਼ੂਟ ਕਰਨੀ ਸ਼ੁਰੂ ਕਰ ਦਈਏ ਕਿਉਂਕਿ ਕਾਫੀ ਦਿਨ ਹੋ ਗਿਆ ਯਾਰ ਮੈਂ ਵੀਡੀਓ ਨਹੀਂ ਸ਼ੂਟ ਕੀਤੀ ਇਸ ਵਾਰੀ ਪਤਾ ਕੀ ਹੈ ਇਸ ਵਾਰੀ ਮੈਂ ਜਿੱਦਾਂ ਲਾ ਲਓ ਬਾਹਲੇ ਜਣੇ ਹੈ ਨਗੇ ਮਤਲਬ ਸਾਰੇ ਜਦੋਂ ਜਿੰਨੇ ਜਣੇ ਆਏ ਸੀ ਉਦੋਂ ਹੈ ਨਾ ਫਰੈਂਡਸ ਵਗੈਰਾ ਅਤੇ ਘਰ ਦੇ ਵਗੈਰਾ ਭਰਾ ਭਾਬੀ ਸਾਰੇ ਹੈ ਨਾ ਉਹ ਸਾਰੇ ਬਾਹਰ ਚਲੇ ਗਏ ਟੋਟਲੀ ਕੋਈ ਹੈ ਹੀ ਨਹੀਂ ਗਾ ਪਹਿਲਾਂ ਵੀ ਬਾਹਰ ਹੋਇਆ ਸੀ ਉਦੋਂ ਉਹ ਉਸ ਟਾਈਮ ਪਿਛਲੇ ਸਾਲ ਰੱਬ ਵੱਲੋਂ ਹੋਣਾ ਸਾਰੇ ਇੱਥੇ ਸੀਗੇ ਛੁੱਟੀ ਆਏ ਹੋਏ ਸੀਗੇ ਲਾ ਲਓ ਅਤੇ ਰੱਬ ਵੱਲੋਂ ਛੁੱਟੀ ਆਏ ਸੀ ਸਾਰੇ ਅਤੇ ਉਦੋਂ ਬਰਥਡੇ ਮਨਾ ਹੋ ਗਿਆ ਸਾਰੇ ਹੀ ਉਦੋਂ ਡੌਨ ਸਾਹਿਬ ਹੈਗੇ ਸੀ ਡੌਨ ਸਾਹਿਬ ਜਿਹਨਾਂ ਨੂੰ ਪਤਾ ਵਾ ਉਹਨਾਂ ਨੂੰ ਮੈਂ ਠੀਕ ਆ ਅਤੇ ਜਿਹੜਾ ਨਹੀਂ ਪਤਾ ਮੈਂ ਦੱਸ ਦਵਾਂ ਮੇਰੇ ਨਾਨਾ ਜੀ ਸੀਗੇ ਜੋ ਕਿ ਐਕਸਪਾਇਰ ਹੋ ਚੁੱਕੇ ਆ ਅਤੇ ਉਹਨਾਂ ਦਾ ਦਿਲੋਂ ਫੈਨ ਸੀਗਾ ਮੈਂ ਅਤੇ ਡੌਨ ਸਾਹਿਬ ਦਾ ਇੱਕ ਸਰਪ੍ਰਾਈਜ਼ ਲੈ ਕੇ ਆਵਾਂਗੇ ਆਪਾਂ ਜੋ ਕਿ ਜੋ ਦਿਲ ਜਿਹਨਾਂ ਬੰਦੇ ਨਾਲ ਦਿਲੋਂ ਪਿਆਰ ਹੁੰਦਾ ਨਾ ਉਹਦੀ ਇੱਕ ਨਿਸ਼ਾਨੀ ਰੱਖਦਾ ਹੁੰਦਾ ਬੰਦਾ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਅਬੇ ਉਹ ਕਹੇਗਾ ਆਪਾਂ ਇੱਦਾਂ ਕਰਦੇ ਆ ਕਰਦੇ ਇੱਦਾਂ ਕਿ ਵੇਟ ਕਰਦੇ ਹੁਣ ਦੇਖਦੇ ਫੋਨ ਆਇਆ ਸੀ ਵੈਸੇ ਐਕਸਾਈਟਮੈਂਟ ਹੈ ਨਾ ਕਿੰਨੀ ਜ਼ਿਆਦਾ ਹੈ ਨਾ ਦਿਲ ਹੁਣ ਤੋਂ ਪਤਾ ਲੱਗ ਤਾਂ ਪਿਆ ਕੋਈ ਨਾ ਸਿੱਧਾ ਮਿਲਦੇ ਹਾਂ ਰਾਤ ਨੂੰ ਰਾਤ ਨੂੰ ਤਿਆਰੀ ਸਟਾਰਟ ਮੈਂ ਗਿਆ ਇੰਨਾ ਕੁ ਸਮਾਨ ਰੈਡੀ ਹੋ ਗਿਆ ਆਪਣੇ ਤੇ ਉਹ ਰਹਿ ਗਿਆ ਵਾ ਥੋੜਾ ਰਹਿ ਗਿਆ ਤੇ ਬਗਾਨੇ ਬੁਲਾ ਕੇ ਮੈਨੂੰ ਲਾ ਜੇ ਆਪਾਂ ਕਦੀ ਹੋਣੇ ਹੋ ਜਾਣਗੇ ਮੈਨੂੰ ਪਤਾ ਹੀ ਇਹਨਾਂ ਨੇ ਆਹੀ ਕੰਮ ਕਰਨਾ ਵਾ ਦੇਖ ਲਓ ਹੁਣ 12 ਵਜੇ ਦਾ ਟਾਈਮ ਆਪਣਾ ਪਹਿਲਾਂ ਕੇਕ ਕੱਟ ਕਰੀਏ ਸਾਰਾ ਕਰਾਂਗੇ ਤੇ ਕੱਲ ਨੂੰ ਮੇਰਾ ਬਹੁਤ ਚਿਰ ਬਾਅਦ ਇਦਾਂ ਦਾ ਜਨਮ ਦਿਨ ਹੋਣਾ ਜਿਹੜਾ ਡੈਡੀ ਦੇ ਨਾਲ ਮਨਾਉਣਾ ਮੈਂ ਬਿਗ ਪਾਰਟੀ ਕੱਲ ਨੂੰ ਬਿਗ ਪਾਰਟੀ ਡੈਡੀ ਦੀ ਅੱਖਾਂ ਨਹੀਂ ਖੁੱਲਣੀ ਡੈਡੀ ਵੀਡੀਓ ਜੀ ਇਦਾਂ ਆਉਂਦੀਆਂ ਹਮ ਲਈਏ ਹਮ ਇੱਥੇ ਆ ਡੈਡੀ ਦੇ ਉੱਤੇ ਸਰਦਾਰ ਨਾਮ ਸਿੰਘ ਚਾਲ ਅਮੀ ਕੈਮਰਾ ਫੜ ਲਓ ਵੀਡੀਓ ਆਨ ਕਰਕੇ ਦੇ ਪਾਰਟੀ ਦੇ ਨਹੀਂ ਸ਼ੁਰੂ ਕੀਤੀ ਸੀ ਮਨਾ ਲਈ ਆ ਕੋਈ ਨਹੀਂ ਕੱਲ ਸੰਡੇ ਵਾਲੇ ਦਿਨ ਫੇਰ ਪਾਰਟੀ ਬਣਾਵਾਂਗੇ ਹੁਣ ਮੇਰਾ ਇਹ ਨਿੱਕਾ ਜਿਹਾ ਪੁੱਤਰ ਲੈ ਮੈਂ ਕੱਢ ਦਿੰਦਾ ਤੈਨੂੰ ਕੇਕ ਕੱਢ ਦਿੰਦਾ ਛੋਟਾ ਹਰਮਨ ਪ੍ਰੀਤ ਚਾਲ ਕੱਢਦੀ ਕੱਢਦੇ ਇਹ ਵੀ ਸੁੱਤਾ ਪਿਆ ਨੱਕ ਨੂੰ ਲੈ ਲਈ ਯਾਰ ਬੇਸਣ ਹੁੰਦਾ ਵਾ
ਹਾਈਲਾਈਟ ਕਰਕੇ ਸਾਰੀ ਵੀਡੀਓ ਬਣਾ ਕੇ ਪਾਉਣੀ, ਇੱਕ ਸੌਂਗ ਲਾ ਕੇ ਸੋਹਣੀ ਜਿਹੀ ਵੀਡੀਓ ਐਡਿਟ ਕਰਕੇ ਆਪਾਂ ਪਾਵਾਂਗੇ ਯੂਟਿਊਬ 'ਤੇ, ਕਾਪੀਰਾਈਟ ਆਉਂਦਾ ਆਈ ਜਾਵੇ, ਬਣਾਉਣੀ ਪਾਉਣੀ ਹੈ ਇੱਕ ਪੇਪਰ ਕੱਢਣਾ ਸੀ ਕੰਮ ਵਿੱਚ ਪਿਆ ਉਹਦੇ। ਹੁਣ ਆਪਾਂ ਸਿੱਧਾ ਮਿਲਦੇ ਹਾਂ ਸਵੇਰ ਨੂੰ ਬਈ, ਮੋਰਨਿੰਗ ਮਿਲਦੇ ਹੁਣ ਆਪਾਂ, ਮੋਰਨਿੰਗ ਮੋਰਨਿੰਗ। ਕੱਲ੍ਹ ਨੂੰ ਕਿਹੜੀ ਡੇਟ ਆ ਮੰਮੀ, ਕਿਹੜੀ ਡੇਟ ਆ ਕੱਲ੍ਹ ਨੂੰ ਫੇਰ? 31 ਅਕਤੂਬਰ। ਮੈਂ ਆਰ ਸੀ ਆਇਆ ਹੈਗਾ, ਮੈਂ ਕਿਹਾ ਮਾੜੀ ਜੀ ਸਿੱਟ ਕਰਾ ਲਈਏ ਮਾੜੀ ਜੀ, ਅਤੇ ਹੁਣ ਆਪਾਂ ਖਾ ਕੇ ਨਾਨ, ਮਤਲਬ ਖਾ ਹੀ ਲਏ ਆ ਨਾਨ ਖਾ ਕੇ, ਅਤੇ ਘਰ ਚੱਲੀਏ ਕਿਉਂਕਿ 1 ਵਜੇ ਸਾਰੇ ਪ੍ਰਾਹੁਣੇ ਨੇ ਆਉਣਾ ਵਾ, ਇਹ ਸਾਰੀ ਮੁੰਡੇ ਮੁੰਡਿਆਂ ਦਾ ਤਾਂ ਆਪਾਂ ਕਿਤੇ ਚੱਲੇ ਨੇਗੇ, ਅਤੇ ਪ੍ਰਾਹੁਣੇ ਨੇ ਆਉਣਾ, ਹੁਣ ਆਪਾਂ ਜਲਦੀ ਜਲਦੀ ਖਾਈਏ, ਖਾ ਤਾਂ ਲਏ, ਹੁਣ ਜਲਦੀ ਜਲਦੀ ਚੱਲੀਏ, ਅਤੇ ਮੈਂ ਜਾ ਕੇ ਹੈ ਨਾ ਨਹਾਵਾਂ ਧੋਵਾਂ ਨਹਾ ਕੇ, ਹੈ ਨਾ ਪੱਗ ਪੁੱਗ ਬੰਨਣੀ, ਹਜੇ ਮੈਂ ਯਾਰ ਰੈਡੀ ਹੋਣਾ ਪੈ, ਰੈਡੀ ਹੋ ਕੇ ਨਾ ਫਿਰ ਜਦੋਂ ਸਾਰੇ ਆ ਗਏ ਫਿਰ ਦੇਖਦੇ ਕੀ ਕਰਨਾ, ਭਗਾਨੇ ਵੀ ਲਾਉਣੇ ਹਜੇ ਜਾ ਕੇ, ਦੇਖ ਲਓ ਭੈਣ ਨੇ ਆਉਣਾ, ਭੈਣ ਤੋਂ ਲਵਾਉਣੇ, ਹਾਮੂ ਤੋਂ ਵੀ ਲਵਾਵਾਂਗੇ, ਇੱਥੋਂ ਤਾਂ ਹਵਾ ਹੀ ਨਹੀਂ ਭਰਦੀ। ਚਲ ਹੁਣ ਪਿੰਡ ਜਾ ਗੱਲ ਕਰਦੇ ਹਾਂ, ਜਲਦੀ ਜਲਦੀ ਨਿਕਲੀਏ। ਕੁੜੀ ਕਹਿੰਦੀ ਆ ਮੇਰਾ ਫੋਟੋ ਸ਼ੂਟ ਨਹੀਂ ਕਰਦੇ ਯਾਰ, ਹੁਣ ਸਾਰੇ ਪਿੰਡ ਦਾ ਫੋਟੋ ਸ਼ੂਟ ਕਰ ਦਿੰਦੇ, ਇਹ ਕੀ ਚੀਜ਼ ਆ, ਭੈਣ ਆ ਮੇਰੀ। ਸਾਰੇ ਜਾਣੇ ਆ ਚੁੱਕੇ ਆ, ਸ਼ਿਵਾਨੀ ਨੂੰ ਚੱਲ ਵੀ ਫੁੱਕ ਮੈਂ ਮਾਰ ਦੂੰਗਾ ਜੀ, ਫੇਰ ਦੁਬਾਰਾ ਹੈਪੀ ਬਰਥਡੇ ਹੈਪੀ ਬਰਥਡੇ ਕਰਦੇ, ਚੱਲ ਹੁਣ ਮੈਂ ਆ ਚੱਲਿਆ ਫੇਰ ਤੂੰ ਹਾਰੋ ਲੈ ਕੱਟ ਕੇ ਲਾ ਦੇ ਸੀ ਮੈਂ ਤੇਰੇ ਨਹੀਂ ਲਾਇਆ ਹੂੰ ਕੱਟ ਲਾ ਮੈਂ ਹਜੇ ਖਾਣ ਡਿਆ, ਚਾਰ ਖਾ ਗਈ ਆ, ਆਹ ਵੀ ਖਾ ਗਿਆ ਚਾਰ, ਐਡੇ ਭੈੜੇ ਹੈ ਨਾ, ਮੈਨੂੰ ਕਹਿੰਦੇ ਅਸੀਂ ਕਾਲੇ ਆ ਇੰਨੇ ਇੰਨੇ, ਇੱਕ ਇੱਕ ਹੋਰ ਲੈ ਗਿਆ, ਕਿੱਡੇ ਭੇੜੇ ਹੈ ਨਾ। ਤੂੰ ਵੀ ਖਾ ਲਾ, ਤੈਨੂੰ ਮੂੰਹ ਨਹੀਂ ਲੱਗਾ? ਮੈਨੂੰ ਵੀ ਲੱਗਾ, ਮੈਨੂੰ ਵੀ ਮੂੰਹ ਲੱਗਾ ਵਾ, ਲੱਗਾ ਹੈ ਨਾ, ਢਿੱਡ ਨਹੀਂ ਲੱਗਾ, ਮੈਨੂੰ ਢਿੱਡ ਨਹੀਂ ਲੱਗਾ, ਲੱਗਾ ਹੀ ਆ ਯਾਰ, ਗਰੀਬ ਨੂੰ ਦਿੰਦੇ ਥੋੜ੍ਹਾ ਜਿਹਾ ਵਾ, ਜਨਮ ਦੇ ਨਾਲ ਇਹਦੀ ਰਿਸਪੈਕਟ ਕਰੀ ਨਹੀਂ ਹੁੰਦੀ ਆ, ਗਰੀਬਾਂ ਨੂੰ ਰਿਸਪੈਕਟ ਨਹੀਂ, ਵੱਡੇ ਬੋਏ ਦੀ ਰਿਸਪੈਕਟ ਕਰੀ ਨਹੀਂ ਹੁੰਦੀ ਆ। ਬੂਤੀ ਦੇਖੋ ਇਹਦੀ, ਬੂਤੀ ਬਈ ਫੋਟੋਆਂ ਇੰਨੀਆਂ ਦੋ ਕੁ ਗਾਡਰ ਕੀਤੀਆਂ ਨਾ ਆਹ ਕੁੜੀ ਨੇ,
ਇਹ ਜਿਹੜੀਆਂ ਮੈਂ ਦੋ ਪੋਸਟਾਂ ਪਾਉਣੀਆਂ ਵਾ ਉਹਦਾ ਕ੍ਰੈਡਿਟ ਆਪਾਂ ਆਹ ਕੁੜੀ ਨੂੰ ਦੇਵਾਂਗੇ, ਠੀਕ ਹੈ? ਠੀਕ ਹੈ ਮੁੰਡਿਓ, ਇਹਦੀਆਂ ਵੀ ਫੋਟੋਆਂ ਜਿਹੜੀਆਂ ਕਰਨੀਆਂ ਆਹ ਕੁੜੀ ਕਰਦੀ ਪਈ, ਆਹ ਵਾਲੀ ਉਂਗਲੀ ਕਿੱਧਰ ਗਈ, ਆਹ ਦੇ ਆਹ ਵਾਲੀ ਕੁੜੀ, ਠੀਕ ਹੈ? ਇਹਦੀ ਆਈ ਡੀ ਮੈਂ ਨਹੀਂ ਮੈਂਸ਼ਨ ਕਰਨੀ, ਇਹ ਮੇਰੀ ਸੋਹਣੀ ਜਿਹੀ ਭੈਣ ਆ ਤਾਂ ਕਰਕੇ ਨਹੀਂ, ਉਹ ਤਾਂ ਫੋਟੋਆਂ ਬਹੁਤ ਸੋਹਣੀਆਂ ਕਰਦੀ ਆ, ਮੈਨੂੰ ਲੱਗਾ ਹੈਗਾ ਇਹਨੇ ਨਹੀਂ ਕਰਨੀਆਂ ਇੱਦਾਂ ਦੀਆਂ, ਪਰ ਇਹਨੇ ਪਹਿਲੀ ਵਾਰ 'ਚ ਕਰਤੀਆਂ ਤੂੰ ਕੈਮਰੇ ਸਾਹਮਣੇ ਚੁੱਪ ਕਰਕੇ ਬੋਲ, ਇਹ ਸ਼ਰੀਫ ਨੀਗੀ ਜਿੱਦਾਂ ਦੀ ਹੈ ਦੀ ਨਾ ਸ਼ਰੀਫ, ਇਹ ਜਵਾਂ ਨੀਗੀ, ਬਾਕੀ ਤੁਸੀਂ ਮੁੱਠਾਂ ਦੇਖੋ ਜੱਟ ਹੋਣਾ ਦੀਆਂ ਇਹਨੂੰ ਦਿਖਾ ਕਰੋ ਫੋਟੋਆਂ ਕਰਨ ਦੀ ਸਹੀ ਲਾਲ ਹੋ ਗਈ ਦੇਖ ਲੋ ਚਲੋ ਵੀ ਮੁੰਡਿਓ ਵਲੌਗ ਦੀ ਐਂਡਿੰਗ ਆਪਾਂ ਇੱਥੇ ਕਰਨੀ ਅੱਜ, ਹੈਪੀ ਬਰਥਡੇ ਮਨਾਇਆ ਗਾ ਵਾ, ਹੈਪੀ ਬਰਥਡੇ ਮਨਾਇਆ ਗਿਆ ਹੁਣ ਬਸ, ਸੋ ਅੱਜ ਦਾ ਵਲੌਗ ਆਪਾਂ ਇੱਥੇ ਐਂਡ ਕਰਦੇ ਹਾਂ, ਲਾਈਕ ਸਬਸਕ੍ਰਾਈਬ ਕਰ ਦਿਓ ਅਤੇ ਸ਼ੇਅਰ ਭਾਵੇਂ ਕਰਿਓ ਨਾ ਕਰਿਓ ਤੁਹਾਡੀ ਮਰਜ਼ੀ ਆ, ਉਹ ਕੁੜੀ ਨੂੰ ਫੋਲੋ ਕਰ ਦਿਓ ਕਿਉਂਕਿ ਮੇਰੀ ਫੋਟੋ 'ਤੇ ਥੱਲੇ ਇਹਦੀ ਆਈ ਡੀ ਮੈਂਸ਼ਨ ਕੀਤੀ ਹੋਊਗੀ ਕਿਉਂਕਿ ਅੱਜ ਦੀਆਂ ਫੋਟੋ ਸ਼ੂਟ ਇਹਨੇ ਮੈਨੂੰ ਕੀਤੀ ਆ, ਫਸਟ ਟਾਈਮ 'ਚ ਹੀ ਬਹੁਤ ਸੋਹਣੀ ਕੀਤੀ ਆ, ਚਲੋ ਚੰਗਾ ਬਾਏ। ਚਲੋ ਵੀ ਮੁੰਡਿਓ ਆਪਾਂ ਐਡੀਟਿੰਗ ਕਰਕੇ ਫਿਰ ਆਪਾਂ ਅਪਲੋਡ ਕਰਾਂਗੇ, ਦੇਖਿਓ ਸਾਰੇ ਜਣੇ ਕਿੱਦਾਂ ਦਾ ਬਰਥਡੇ ਮਨਾਇਆ, ਸੋ ਕੀ ਕੀਤਾ, ਇੱਕ ਸ਼ੂਟ ਕਰੂੰਗਾ, ਕਾਪੀਰਾਈਟ ਤਾਂ ਆਊਗਾ ਯੂਟਿਊਬ 'ਤੇ ਸ਼ਾਇਦ, ਮੇ ਬੀ ਆਵੇ ਮੇ ਬੀ ਨਹੀਂ ਆਵੇ, ਕਹਿ ਨਹੀਂ ਸਕਦਾ, ਜੇ ਕਾਪੀਰਾਈਟ ਆ ਗਿਆ ਫਿਰ ਵੀਡੀਓ ਚੱਲਣ ਦਾ ਮੁਸ਼ਕਲ ਆ, ਪਰ ਚੱਲ ਪੈਣੀ ਆ ਮੈਨੂੰ ਪਤਾ ਵਾ, ਬਾਕੀ ਇਹੀ ਦੱਸਣਾ ਸੀ ਮੈਂ ਤੁਹਾਨੂੰ ਕਿ ਹੁਣ ਮੈਂ ਵੀਡੀਓਜ਼ ਐਡੀਟਿੰਗ ਕਰਨ ਲੱਗਾ, ਮੋਰਨਿੰਗ ਤਾਂ ਸਭ ਕੁਛ ਅਪਲੋਡ ਕਰ ਦੂੰਗਾ, ਫੋਟੋ ਸ਼ੂਟ ਵਗੈਰਾ ਜਿੰਨੀਆਂ ਫੋਟੋਜ਼ ਹੈ ਜਿੰਨੀਆਂ ਫੋਟੋਜ਼ ਹੈਗੀਆਂ ਸਾਰੀਆਂ ਐਡਿਟਸ ਕਰਕੇ ਅਪਲੋਡਸ ਕਰ ਦੂੰਗਾ ਹੌਲੀ ਹੌਲੀ ਡੇ ਬਾਏ ਡੇ, ਹੈ ਨਾ। ਸੋ ਅੱਜ ਦਾ ਵਲੌਗ ਇੱਥੇ ਸੀਗਾ, ਥੈਂਕ ਯੂ ਸੋ ਮਚ ਜੀ ਸਾਰਿਆਂ ਦਾ ਜਿਨ੍ਹਾਂ ਨੇ ਇੰਨਾ ਪਿਆਰ ਦਿੱਤਾ ਆਪਾਂ ਨੂੰ ਘਰ ਦੇ ਮਿਲਣਾ, ਹੈ ਨਾ, ਭਰਾ ਭੈਣਾਂ, ਹੈ ਨਾ, ਇੰਸਟਾ ਫੈਮਿਲੀ ਵਾਲਿਆਂ ਨੇ ਵੀ ਮੈਸੇਜ ਵਾਹਵਾ ਕੀਤੇ, ਕਾਫੀ ਜਣਿਆਂ ਦੇ ਮੈਸੇਜ ਆਏ, ਫੇਸਬੁੱਕ ਵਾਲਿਆਂ ਦੇ ਵੀ ਆਏ, ਯਾਰਾਂ ਦੋਸਤਾਂ ਦੇ ਵੀ ਆਏ, ਹੈ ਨਾ। ਅਤੇ ਸੋ ਇੰਨੀਆਂ ਕੀ ਗੱਲਾਂ ਕਰਨੀਆਂ ਸੀ ਆਪਾਂ, ਥੈਂਕ ਯੂ ਸੋ ਮਚ ਸਾਰਿਆਂ ਦਾ, ਸੋ ਅਗਲੇ ਵਲੌਗ 'ਚ ਮਿਲਾਂਗੇ। ਨਾਈਟ ਟਾਈਮ ਪਾਰਟੀ ਜਾਂਦੀ ਕਿਉਂ ਇੱਥੇ ਲੈਟ ਆਉਂਦੀ ਆ, ਇੱਥੇ ਵਧੀਆ ਆਉਂਦੀ ਲੈਟ, ਕਿਉਂ ਇੱਥੇ ਆਉਂਦੀ ਕਿ ਨਹੀਂ ਲੈਟ, ਨਾ ਵਧੀਆ ਆਉਂਦੀ ਲੈਟ ਆਪਣੇ ਨੀ ਬਹੁਤ ਆ, ਸੁਣ ਭਾਈ ਦੇਖਦਾ ਹੁੰਦਾ ਕਹਿੰਦਾ ਕਹਿਣ ਡਿਆ ਦੀਵਾਲੀ ਫੰਕਸ਼ਨ ਕਰਨਾ ਆਪਾਂ।